ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣਾਂ ਨੂੰ ਮੇਰੇ ਵੀਰਾਂ ਨੂੰ ਵੀਰੇ ਆਹ ਮੇਰੀ ਵਾਈਫ ਆ ਮਨਦੀਪ ਕੌਰ ਇਹਨੇ ਨਾ ਕੈਨੇਡਾ ਬੈਸਟ ਯੂਨੀਵਰਸਿਟੀ ਭੇਜੀ ਸੀ ਅਸੀਂ ਉਹ ਤੋਂ ਬਾਅਦ ਸਰੀ ਦੇ ਵਿੱਚ ਰਹਿੰਦੀ ਸੀ ਇਹ ਸਾਨੂੰ ਨਹੀਂ ਪਤਾ ਵੀਰੇ ਡਰੈਸ ਦਾ ਕਿੱਥੇ ਆ ਕਿੱਥੇ ਨਹੀਂ ਇਹਨੂੰ ਲੱਭੋ ਵੀਰੇ ਕਦੇ ਕਹਿੰਦੇ ਮੈਨੂੰ ਕਾਲ ਚੋਂ ਕੱਢਤਾ ਕਦੇ ਕਹਿੰਦੇ ਮੇਰਾ ਵਰਕ ਪਰਮਿਟ ਨਹੀਂ ਵਧਿਆ ਮੈਂ ਲਿਖਲੀ ਹੋਈ ਬੈਠੀ ਆ ਵੀਰੇ ਸਾਨੂੰ ਕੁਛ ਨਹੀਂ ਪਤਾ ਮਹੀਨੇ ਚ ਇੱਕ ਅੱਧੀ ਵਾਰ ਫੋਨ ਗੱਲ ਕਰੂਗੀ ਫਿਰ ਬਲੌਗ ਲਿਸਟ ਨੰਬਰ ਪਾ ਦੂਗੀ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਇੱਥੇ ਵੀ ਹੈਗੀ ਆ ਪਲੀਜ਼ ਮੇਰੀ ਹੱਥ ਬਣ ਕੇ ਬੇਨਤੀ ਆ ਮੇਰੇ ਨਾਲ ਫਰਾਡ ਕਰਕੇ ਆਈ ਆ ਪਲੀਜ਼ ਵੀਰੇ ਹਮਾਜੂਪੁਰ ਪਿੰਡ ਆ ਵੀਰੇ ਹਮਾਜੂਪੁਰ ਪਿੰਡ ਆ ਇਹਨਾਂ ਦੇ ਉੱਥੇ ਜਿਸੇ ਮਾਜੀ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਪਲੀਜ਼ ਕੁਐਸਟ ਆ ਵੀਰੇ ਜਿੰਨੇ ਵੀ ਗਰੁੱਪ ਵਾਲੇ ਵੀਰ ਨੇ ਆਹ ਕੁੜੀ ਦੀ ਫੋਟੋ ਦੇਖ ਰਹੇ ਹੋ ਨਾ ਤੁਸੀਂ ਇਹ ਮੇਰੇ ਨਾਲ ਫਰਾਡ ਕਰਕੇ ਆਈ ਆ ਵੀਰੇ 2.5 ਸਾਲ ਹੋ ਗਏ ਇੱਥੇ ਨੂੰ ਕੈਨੇਡਾ ਪਹੁੰਚੀ ਨੂੰ ਵੀਰੇ ਇਹ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਕਦੇ ਕਹਿੰਦੀ ਮੇਰਾ ਸਟੱਡੀ ਵੀਜ਼ਾ ਖਤਮ ਹੋ ਗਿਆ ਕਦੇ ਮੈਨੂੰ ਕਹਿੰਦੀ ਕਾਲਜ ਚੋਂ ਕੱਢਤਾ ਵੀਰੇ ਇਹਦਾ ਕੁਛ ਨਹੀਂ ਪਤਾ ਸਾਨੂੰ ਸਾਡੇ ਕੋਲ ਪਹਿਲਾਂ ਵਾਲੇ ਡਾਕੂਮੈਂਟ ਨੇ ਵੀਰੇ ਉਹ ਕੁਛ ਵੀ ਨਹੀਂ ਪਤਾ ਇਹਦੇ ਬਾਰੇ ਇਹ ਸਾਨੂੰ ਝੂਠ ਬੋਲੀ ਜਾਂਦੀ ਆ ਇਹਨਾਂ ਦੇ ਪਿੰਡ ਹਮਾਜੀਪੁਰ ਆ ਵੀਰੇ ਹਮਾਜੀਪੁਰ ਪਿੰਡ ਜਾ ਕੇ ਵੀ ਦੇਖ ਲਿਓ ਤੁਸੀਂ ਪਤਾ ਕਰ ਸਕਦੇ ਹੋ ਵੀ ਕਿੰਨਾ ਝੂਠ ਆ ਕਿੰਨਾ ਸੱਚ ਆ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਇੱਕ ਬੰਦੇ ਨੂੰ ਪੁੱਛ ਸਕਦੇ ਹੋ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਕਿੱਥੇ ਵੀ ਹੈਗੀ ਇਹਨੂੰ ਲੱਭਿਆ ਜਾਵੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣਾਂ ਨੂੰ ਮੇਰੇ ਵੀਰਾਂ ਨੂੰ ਵੀਰੇ ਆਹ ਮੇਰੀ ਵਾਈਫ ਆ ਮਨਦੀਪ ਕੌਰ ਇਹਨੇ ਨਾ ਕੈਨੇਡਾ ਬੈਸਟ ਯੂਨੀਵਰਸਿਟੀ ਭੇਜੀ ਸੀ ਅਸੀਂ ਉਹ ਤੋਂ ਬਾਅਦ ਸਰੀ ਦੇ ਵਿੱਚ ਰਹਿੰਦੀ ਸੀ ਇਹ ਸਾਨੂੰ ਨਹੀਂ ਪਤਾ ਵੀਰੇ ਡਰੈਸ ਦਾ ਕਿੱਥੇ ਆ ਕਿੱਥੇ ਨਹੀਂ ਇਹਨੂੰ ਲੱਭੋ ਵੀਰੇ ਕਦੇ ਕਹਿੰਦੀ ਮੈਨੂੰ ਕਾਲ ਚੋਂ ਕੱਢਤਾ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਮੈਂ ਲਿਖਲੀ ਹੋਈ ਬੈਠੀ ਆ ਵੀਰੇ ਸਾਨੂੰ ਕੁਛ ਨਹੀਂ ਪਤਾ ਮਹੀਨੇ ਚ ਇੱਕ ਅੱਧੀ ਵਾਰ ਫੋਨ ਗੱਲ ਕਰੂਗੀ ਫਿਰ ਬਲੌਗ ਲਿਸਟ ਨੰਬਰ ਪਾ ਦੂਗੀ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਇੱਥੇ ਵੀ ਹੈਗੀ ਆ ਪਲੀਜ਼ ਮੇਰੀ ਹੱਥ ਬਣ ਕੇ ਬੇਨਤੀ ਆ ਮੇਰੇ ਨਾਲ ਫਰਾਡ ਕਰਕੇ ਆਈ ਆ ਪਲੀਜ਼ ਵੀਰੇ ਹਮਾਜੂਪੁਰ ਪਿੰਡ ਆ ਵੀਰੇ ਹਮਾਜੂਪੁਰ ਪਿੰਡ ਆ ਇਹਨਾਂ ਦੇ ਉੱਥੇ ਜਿਸੇ ਮਾਜੀ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਪਲੀਜ਼ ਕੁਐਸਟ ਆ ਵੀਰੇ ਜਿੰਨੇ ਵੀ ਗਰੁੱਪ ਵਾਲੇ ਵੀਰ ਨੇ ਆਹ ਕੁੜੀ ਦੀ ਫੋਟੋ ਦੇਖ ਰਹੇ ਹੋ ਨਾ ਤੁਸੀਂ ਇਹ ਮੇਰੇ ਨਾਲ ਫਰਾਡ ਕਰਕੇ ਆਈ ਆ ਵੀਰੇ 2.5 ਸਾਲ ਹੋ ਗਏ ਇੱਥੇ ਨੂੰ ਕੈਨੇਡਾ ਪਹੁੰਚੀ ਨੂੰ ਵੀਰੇ ਇਹ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਕਦੇ ਕਹਿੰਦੀ ਮੇਰਾ ਸਟੱਡੀ ਵੀਜ਼ਾ ਖਤਮ ਹੋ ਗਿਆ ਕਦੇ ਮੈਨੂੰ ਕਹਿੰਦੀ ਕਾਲ ਚੋਂ ਕੱਢਤਾ ਵੀਰੇ ਇਹਦਾ ਕੁਛ ਨਹੀਂ ਪਤਾ ਸਾਨੂੰ ਸਾਡੇ ਕੋਲ ਪਹਿਲਾਂ ਵਾਲੇ ਡਾਕੂਮੈਂਟ ਨੇ ਵੀਰੇ ਉਹ ਕੁਛ ਵੀ ਨਹੀਂ ਪਤਾ ਇਹਦੇ ਬਾਰੇ ਇਹ ਸਾਨੂੰ ਝੂਠ ਬੋਲੀ ਜਾਂਦੀ ਆ ਇਹਨਾਂ ਦੇ ਪਿੰਡ ਹਮਾਜੀਪੁਰ ਆ ਵੀਰੇ ਹਮਾਜੀਪੁਰ ਪਿੰਡ ਜਾ ਕੇ ਵੀ ਦੇਖ ਲਿਓ ਤੁਸੀਂ ਪਤਾ ਕਰ ਸਕਦੇ ਹੋ ਵੀ ਕਿੰਨਾ ਝੂਠ ਆ ਕਿੰਨਾ ਸੱਚ ਆ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਇੱਕ ਬੰਦੇ ਨੂੰ ਪੁੱਛ ਸਕਦੇ ਹੋ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਕਿੱਥੇ ਵੀ ਹੈਗੀ ਇਹਨੂੰ ਲੱਭਿਆ ਜਾਵੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣਾਂ ਨੂੰ ਮੇਰੇ ਵੀਰਾਂ ਨੂੰ ਵੀਰੇ ਆਹ ਮੇਰੀ ਵਾਈਫ ਆ ਮਨਦੀਪ ਕੌਰ ਇਹਨੇ ਨਾ ਕੈਨੇਡਾ ਬੈਸਟ ਯੂਨੀਵਰਸਿਟੀ ਭੇਜੀ ਸੀ ਅਸੀਂ ਉਹ ਤੋਂ ਬਾਅਦ ਸਰੀ ਦੇ ਵਿੱਚ ਰਹਿੰਦੀ ਸੀ ਇਹ ਸਾਨੂੰ ਨਹੀਂ ਪਤਾ ਵੀਰੇ ਡਰੈਸ ਦਾ ਕਿੱਥੇ ਆ ਕਿੱਥੇ ਨਹੀਂ ਇਹਨੂੰ ਲੱਭੋ ਵੀਰੇ ਕਦੇ ਕਹਿੰਦੀ ਮੈਨੂੰ ਕਾਲ ਚੋਂ ਕੱਢਤਾ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਮੈਂ ਲਿਖਲੀ ਹੋਈ ਬੈਠੀ ਆ ਵੀਰੇ ਸਾਨੂੰ ਕੁਛ ਨਹੀਂ ਪਤਾ ਮਹੀਨੇ ਚ ਇੱਕ ਅੱਧੀ ਵਾਰ ਫੋਨ ਗੱਲ ਕਰੂਗੀ ਫਿਰ ਬਲੌਗ ਲਿਸਟ ਨੰਬਰ ਪਾ ਦੂਗੀ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਇੱਥੇ ਵੀ ਹੈਗੀ ਆ ਪਲੀਜ਼ ਮੇਰੀ ਹੱਥ ਬਣ ਕੇ ਬੇਨਤੀ ਆ ਮੇਰੇ ਨਾਲ ਫਰਾਡ ਕਰਕੇ ਆਈ ਆ ਪਲੀਜ਼ ਵੀਰੇ ਹਮਾਜੂਪੁਰ ਪਿੰਡ ਆ ਵੀਰੇ ਹਮਾਜੂਪੁਰ ਪਿੰਡ ਆ ਇਹਨਾਂ ਦੇ ਉੱਥੇ ਜਿਸੇ ਮਾਜੀ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਪਲੀਜ਼ ਕੁਐਸਟ ਆ ਵੀਰੇ ਜਿੰਨੇ ਵੀ ਗਰੁੱਪ ਵਾਲੇ ਵੀਰ ਨੇ ਆਹ ਕੁੜੀ ਦੀ ਫੋਟੋ ਦੇਖ ਰਹੇ ਹੋ ਨਾ ਤੁਸੀਂ ਇਹ ਮੇਰੇ ਨਾਲ ਫਰਾਡ ਕਰਕੇ ਆਈ ਆ ਵੀਰੇ 2.5 ਸਾਲ ਹੋ ਗਏ ਇੱਥੇ ਨੂੰ ਕੈਨੇਡਾ ਪਹੁੰਚੀ ਨੂੰ ਵੀਰੇ ਇਹ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਕਦੇ ਕਹਿੰਦੀ ਮੇਰਾ ਸਟੱਡੀ ਵੀਜ਼ਾ ਖਤਮ ਹੋ ਗਿਆ ਕਦੇ ਮੈਨੂੰ ਕਹਿੰਦੀ ਕਾਲ ਚੋਂ ਕੱਢਤਾ ਵੀਰੇ ਇਹਦਾ ਕੁਛ ਨਹੀਂ ਪਤਾ ਸਾਨੂੰ ਸਾਡੇ ਕੋਲ ਪਹਿਲਾਂ ਵਾਲੇ ਡਾਕੂਮੈਂਟ ਨੇ ਵੀਰੇ ਉਹ ਕੁਛ ਵੀ ਨਹੀਂ ਪਤਾ ਇਹਦੇ ਬਾਰੇ ਇਹ ਸਾਨੂੰ ਝੂਠ ਬੋਲੀ ਜਾਂਦੀ ਆ ਇਹਨਾਂ ਦੇ ਪਿੰਡ ਹਮਾਜੀਪੁਰ ਆ ਵੀਰੇ ਹਮਾਜੀਪੁਰ ਪਿੰਡ ਜਾ ਕੇ ਵੀ ਦੇਖ ਲਿਓ ਤੁਸੀਂ ਪਤਾ ਕਰ ਸਕਦੇ ਹੋ ਵੀ ਕਿੰਨਾ ਝੂਠ ਆ ਕਿੰਨਾ ਸੱਚ ਆ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਇੱਕ ਬੰਦੇ ਨੂੰ ਪੁੱਛ ਸਕਦੇ ਹੋ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਕਿੱਥੇ ਵੀ ਹੈਗੀ ਇਹਨੂੰ ਲੱਭਿਆ ਜਾਵੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣਾਂ ਨੂੰ ਮੇਰੇ ਵੀਰਾਂ ਨੂੰ ਵੀਰੇ ਆਹ ਮੇਰੀ ਵਾਈਫ ਆ ਮਨਦੀਪ ਕੌਰ ਇਹਨੇ ਨਾ ਕੈਨੇਡਾ ਬੈਸਟ ਯੂਨੀਵਰਸਿਟੀ ਭੇਜੀ ਸੀ ਅਸੀਂ ਉਹ ਤੋਂ ਬਾਅਦ ਸਰੀ ਦੇ ਵਿੱਚ ਰਹਿੰਦੀ ਸੀ ਇਹ ਸਾਨੂੰ ਨਹੀਂ ਪਤਾ ਵੀਰੇ ਡਰੈਸ ਦਾ ਕਿੱਥੇ ਆ ਕਿੱਥੇ ਨਹੀਂ ਇਹਨੂੰ ਲੱਭੋ ਵੀਰੇ ਕਦੇ ਕਹਿੰਦੀ ਮੈਨੂੰ ਕਾਲ ਚੋਂ ਕੱਢਤਾ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਮੈਂ ਲਿਖਲੀ ਹੋਈ ਬੈਠੀ ਆ ਵੀਰੇ ਸਾਨੂੰ ਕੁਛ ਨਹੀਂ ਪਤਾ ਮਹੀਨੇ ਚ ਇੱਕ ਅੱਧੀ ਵਾਰ ਫੋਨ ਗੱਲ ਕਰੂਗੀ ਫਿਰ ਬਲੌਗ ਲਿਸਟ ਨੰਬਰ ਪਾ ਦੂਗੀ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਇੱਥੇ ਵੀ ਹੈਗੀ ਆ ਪਲੀਜ਼ ਮੇਰੀ ਹੱਥ ਬਣ ਕੇ ਬੇਨਤੀ ਆ ਮੇਰੇ ਨਾਲ ਫਰਾਡ ਕਰਕੇ ਆਈ ਆ ਪਲੀਜ਼ ਵੀਰੇ ਹਮਾਜੂਪੁਰ ਪਿੰਡ ਆ ਵੀਰੇ ਹਮਾਜੂਪੁਰ ਪਿੰਡ ਆ ਇਹਨਾਂ ਦੇ ਉੱਥੇ ਜਿਸੇ ਮਾਜੀ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਪਲੀਜ਼ ਕੁਐਸਟ ਆ ਵੀਰੇ ਜਿੰਨੇ ਵੀ ਗਰੁੱਪ ਵਾਲੇ ਵੀਰ ਨੇ ਆਹ ਕੁੜੀ ਦੀ ਫੋਟੋ ਦੇਖ ਰਹੇ ਹੋ ਨਾ ਤੁਸੀਂ ਇਹ ਮੇਰੇ ਨਾਲ ਫਰਾਡ ਕਰਕੇ ਆਈ ਆ ਵੀਰੇ 2.5 ਸਾਲ ਹੋ ਗਏ ਇੱਥੇ ਨੂੰ ਕੈਨੇਡਾ ਪਹੁੰਚੀ ਨੂੰ ਵੀਰੇ ਇਹ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਵਧਿਆ ਕਦੇ ਕਹਿੰਦੀ ਮੇਰਾ ਸਟੱਡੀ ਵੀਜ਼ਾ ਖਤਮ ਹੋ ਗਿਆ ਕਦੇ ਮੈਨੂੰ ਕਹਿੰਦੀ ਕਾਲ ਚੋਂ ਕੱਢਤਾ ਵੀਰੇ ਇਹਦਾ ਕੁਛ ਨਹੀਂ ਪਤਾ ਸਾਨੂੰ ਸਾਡੇ ਕੋਲ ਪਹਿਲਾਂ ਵਾਲੇ ਡਾਕੂਮੈਂਟ ਨੇ ਵੀਰੇ ਉਹ ਕੁਛ ਵੀ ਨਹੀਂ ਪਤਾ ਇਹਦੇ ਬਾਰੇ ਇਹ ਸਾਨੂੰ ਝੂਠ ਬੋਲੀ ਜਾਂਦੀ ਆ ਇਹਨਾਂ ਦੇ ਪਿੰਡ ਹਮਾਜੀਪੁਰ ਆ ਵੀਰੇ ਹਮਾਜੀਪੁਰ ਪਿੰਡ ਜਾ ਕੇ ਵੀ ਦੇਖ ਲਿਓ ਤੁਸੀਂ ਪਤਾ ਕਰ ਸਕਦੇ ਹੋ ਵੀ ਕਿੰਨਾ ਝੂਠ ਆ ਕਿੰਨਾ ਸੱਚ ਆ ਸਰਪੰਚ ਨੂੰ ਪੁੱਛ ਸਕਦੇ ਹੋ ਤੁਸੀਂ ਇੱਕ ਬੰਦੇ ਨੂੰ ਪੁੱਛ ਸਕਦੇ ਹੋ ਵੀਰੇ ਇਹਨੂੰ ਲੱਭਿਆ ਜਾਵੇ ਸਰੀ ਦੇ ਵਿੱਚ ਕਿੱਥੇ ਵੀ ਹੈਗੀ ਇਹਨੂੰ ਲੱਭਿਆ ਜਾਵੇ।